ਧੰਨ ਧੰਨ ਹਜੂਰ, ਗਰੀਬ ਨਿਵਾਜ ਕਿਲ੍ਹੇ ਵਾਲੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਵੱਲੋਂ ਅੱਜ ਮੀਆਂਕੋਟ ਸਾਹਿਬ ਵਿਖੇ ਮੀਆਂਕੋਟ ਦੀ ਸਾਰੀ ਨੀਲਧਾਰੀ ਸੰਗਤ ਵੱਲੋਂ ਅੱਜ ਮੀਆਂਕੋਟ ਪਿੰਡ ਦੀ ਸ਼ਮਸ਼ਾਨ ਘਾਟ ਦੀ ਤਨੋ ਮਨੋ ਸੇਵਾ ਕੀਤੀ ਗਈ। ਇਸ ਮੌਕੇ 'ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਨਗਰਕੋਟ ਮੀਆਂ ਸਾਹਿਬ 'ਤੇ ਬਹੁਤ ਹੀ ਕਿਰਪਾ ਹੈ ਬਾਬਾ ਜੀ ਦੀ। ਇਸ ਮੌਕੇ 'ਤੇ ਸੰਤ ਵੀਰ ਸਿੰਘ, ਸੰਤ ਜੋਗਿੰਦਰਪਾਲ ਸਿੰਘ, ਸੰਤ ਗੁਰਮੀਤ ਸਿੰਘ, ਸੰਤ ਨਿਸ਼ਾਨ ਸਿੰਘ, ਸੰਤ ਕਰਤਾਰ ਸਿੰਘ, ਸੰਤ ਦਲੀਪ ਸਿੰਘ ਅਤੇ ਸੰਤ ਸੁੱਚਾ ਸਿੰਘ, ਸੰਤ ਕੇਵਲ ਕ੍ਰਿਸ਼ਨ ਸਿੰਘ, ਸੰਤ ਪ੍ਰੇਮ ਸਿੰਘ, ਸੰਤ ਕੁੰਨਾ ਸਿੰਘ, ਸੰਤ ਦਰਸ਼ਨ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਮੋਹਨ ਸਿੰਘ, ਸੰਤ ਮੋਹਨ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਅਤੇ ਸਮੂਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੱਜ ਪਿੰਡ ਕੋਟ ਮੀਆਂ ਸਾਹਿਬ ਦੇ ਵਿੱਚ ਧੰਨ ਧੰਨ ਕਿਲ੍ਹੇ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਗਰੀਬ ਨਿਵਾਜ ਦੀ ਸਾਧ ਸੰਗਤ ਵੱਲੋਂ ਪਿੰਡ ਕੋਟ ਮੀਆਂ ਸਾਹਿਬ ਦੀਆਂ ਮੜੀਆਂ ਦੇ ਵਿੱਚ ਬੜੀ ਜੰਗੀ ਪੱਧਰ 'ਤੇ ਸੇਵਾ ਹੋਣ ਡਈ ਹੈ। ਜੋ ਗੁਰੂ ਘਰ ਅਤੇ ਮੜੀਆਂ ਅਤੇ ਸਕੂਲ, ਇਹ ਪਵਿੱਤਰ ਹੋਣੇ ਚਾਹੀਦੇ ਹਨ। ਨਗਰ ਨਿਵਾਸੀ ਪਿੰਡ ਕੋਟ ਮੀਆਂ ਸਾਹਿਬ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ, ਨਿਮਰਤਾ ਸਾਥ ਕਿਲ੍ਹੇ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਭ ਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ 'ਚ ਰੱਖੇ, ਦੁੱਧ ਪੋਦੀਆਂ ਦਾਤਾਂ ਬਖਸ਼ੇ ਅਤੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੇ ਅਤੇ ਮਹਾਰਾਜ ਸਾਹਿਬ ਦੀ ਗਰੀਬੀ ਦੂਰ ਕਰੇ ਅਤੇ ਸਿੱਖੀ ਨਾਮਦਾਨ ਬਖਸ਼ੇ। ਪਿਆਰੀ ਸਾਧ ਸੰਗਤ ਜੀ, ਹੱਥ ਜੋੜ ਕੇ ਬੇਨਤੀ ਆ ਬਈ, ਜਦੋਂ ਜਾਣਾ ਸਾਰਿਆਂ ਹੀ ਆ, ਕਦੀ ਮੇਰੀ ਵਾਰੀ, ਕਦੀ ਉਹਦੀ ਵਾਰੀ, ਕਦੀ ਉਹਦੀ ਵਾਰੀ ਅਤੇ ਕਦੀ ਉਹਦੀ ਵਾਰੀ, ਜਦੋਂ ਵੀ ਕੋਈ ਜੀ ਇੱਥੇ ਆਉਂਦਾ ਏ, ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਵੀ ਭਰਾਓ, ਚੌਥੇ ਵਾਲੇ ਦਿਨ ਜਦੋਂ ਫੁੱਲਾਂ ਹਾਂ ਚੁੰਨੇ ਨੇ, ਅਸੀਂ ਇਸ ਘਰ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹਦੀ ਸਾਫ਼ ਸਫਾਈ ਵੱਲ ਧਿਆਨ ਦੇਈਏ। ਜੋ ਵੀ ਕੋਈ ਲੱਕੜ ਜਿਹੜੀ ਕੋਈ ਰਹਿ ਜਾਂਦੀ ਹੈ, ਉਹਨੂੰ ਚੁੱਕ ਕੇ ਅਸੀਂ ਟਿਕਾਣੇ ਲਾਈਏ ਜਾਂ ਉਹਨੂੰ ਪੂਰੀ ਤਰ੍ਹਾਂ ਬਾਲੀਏ। ਇਸ ਕਰਕੇ ਆ ਭਈ, ਬਹੁਤ ਜ਼ਿਆਦਾ ਸਾਡੇ ਇਸ ਮੜੀਆਂ ਦੇ ਵਿੱਚ ਗੰਦ ਪਿਆ ਸੀ। ਸਾਡੀ ਸਾਧ ਸੰਗਤ ਨੇ ਸਲਾਹ ਕੀਤੀ ਪਈ ਸੀ, ਨਸ਼ਹਿਰਾ ਸਾਹਿਬ, ਅਟਾਰੀ ਸਾਹਿਬ, ਚੰਡੀਗੜ੍ਹ ਸਾਹਿਬ, ਜਿੱਥੇ ਜਿੱਥੇ ਮਹਾਰਾਜ ਦੇ ਗੁਰਦੁਆਰੇ ਨੇ, ਸਾਡੀਆਂ ਸੰਗਤਾਂ ਜਿਹੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਸੇਵਾ ਕਰਨ ਵਾਸਤੇ ਜਾਂਦੀਆਂ ਨੇ ਜਦੋਂ ਗੱਡੀ ਆਉਂਦੀ ਹੈ। ਅਤੇ ਅਸਾਂ ਕਿਹਾ ਵੀ ਚਲੋ ਅੱਗੇ ਵੀ ਆਹਾਂ, ਕਈ ਵਾਰੀ ਇੱਥੇ ਸੇਵਾ ਕੀਤੀ ਹੈ, ਅੱਜ ਵੀ ਜਿਹੜੀ ਆ ਸੇਵਾ ਮਹਾਰਾਜ ਦੀ ਸੰਗਤ ਵੱਲੋਂ ਬੜੀ ਜੰਗੀ ਪੱਧਰ 'ਤੇ ਸੇਵਾ ਹੋਣ ਡਈ ਹੈ, ਕਈ ਪਦਾਰਥ ਚੱਲੇ ਨੇ। ਅਤੇ ਇਸ ਕਰਕੇ ਮਹਾਰਾਜ ਸਭ ਨੂੰ ਤੰਦਰੁਸਤੀ ਬਖਸ਼ੇ, ਜਿਸ ਭਾਵਨਾ ਕਾਮਨਾ ਕਰਕੇ ਸੇਵਾ ਕੀਤੀ ਹੈ, ਮਹਾਰਾਜ ਸਾਹਿਬ ਦੀ ਮਨੋਕਾਮਨਾ ਪੂਰੀ ਕਰੇ। ਅਤੇ ਮੈਂ ਸਮੁੱਚੀ ਨਗਰ ਨੂੰ ਬੇਨਤੀ ਕਰਨਾ, ਇਲਾਕੇ ਨੂੰ ਕਰਨਾ ਵਾਂ, ਸਮੁੱਚੇ ਪੰਜਾਬ ਨੂੰ ਕਰਨਾ ਵਾਂ, ਭਈ ਗੁਰੂ ਵਾਲੇ ਬਣੀਏ। ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਪਿਆਰੀ ਸਾਧ ਸੰਗਤ ਜੀ, ਜੋ ਭਾਵ ਸਾਗਰਾਂ ਤੋਂ ਬੇੜਾ ਪਾਰ ਜਾਣਾ ਵਾ, ਉਹ ਗੁਰੂ ਸ਼ਬਦ ਨੇ ਬੇੜਾ ਪਾਰ ਕਰਨਾ ਵਾ। ਇਸ ਕਰਕੇ ਪਿਆਰੀ ਸਾਧ ਸੰਗਤ ਜੀ, ਜੋ ਬੋਲਦਿਆਂ ਕੋਈ ਗਲਤੀ ਹੋ ਗਈ ਹੋਏ ਤਾਂ ਮਾਫ਼ੀ ਦੇਣਾ, ਜਨਕਾਰਾ ਬੋਲਦਿਆਂ ਜੀ, ਬੋਲੇ ਸੋਧਾਰੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ।